ਅਤੇ ਸਾਡੇ ਜਿਹੜੇ ਪੰਜਾਬ ਦੇ ਜਿੰਨੇ ਵੀ ਕਿਸਾਨ ਵੀ ਹਨ, ਆਪ ਆਪਣੇ ਖੇਤਾਂ ਦੇ ਵਿੱਚ ਕੰਮਾਂ ਕਾਰਾਂ ਵਿੱਚ ਮਸ਼ਰੂਫ ਹਨ। ਔਰ ਕਿਉਂਕਿ ਆਹੀ 15-20 ਦਿਨ ਹੁੰਦੇ ਆ ਕੰਮਾਂ ਕਾਰਾਂ ਦੇ ਜ਼ਿਆਦਾ, ਉਹਦੇ ਬਾਅਦ ਵਿੱਚ ਵੀ ਸਾਰਿਆਂ ਨੇ ਆਪ ਆਪਣੇ ਕੰਮ ਘਰ ਜਾਂਦੇ ਹੁੰਦੇ ਹੈਗੇ ਆ। ਪਰੰਤੂ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਵੀ ਸਾਡੀ ਧਰਤੀ ਦਾ ਪਾਣੀ ਜਿਹੜਾ ਖਤਮ ਹੋ ਰਿਹਾ, ਗੱਲ ਮੰਨਦੇ ਹਾਂ, ਬਿਲਕੁਲ ਸਹੀ ਗੱਲ ਹੈਗੀ ਆ। ਝੋਨਾ ਲਾਉਣਾ ਵੀ ਕਿਸਾਨਾਂ ਦੀ ਮਜਬੂਰੀ ਆ, ਉਹਦਾ ਕਾਰਨ ਇਹ ਜੇ ਸਰਕਾਰ ਪ੍ਰੋਪਰ ਇਹਨਾਂ ਨੂੰ ਮੁਆਵਜ਼ਾ ਦੇਵੇ ਤਾਂ ਕਿਸਾਨ ਵੀਰਾਂ ਨੂੰ ਸਮੱਸਿਆ ਨਾ ਆਵੇ। ਪਰੰਤੂ ਤੁਹਾਨੂੰ ਚੀਜ਼ ਦਿਖਾਉਣ ਲੱਗਾ ਵੀ ਦੇਖੋ, ਕਿਸਾਨ ਵੀਰ ਨੇ ਪਾਣੀ ਛੱਡਿਆ ਆਪਣਾ, ਪਾਣੀ ਛੱਡ ਕੇ ਉਹ ਘਰ ਚਲੇ ਗਿਆ, ਕਿਤੇ ਚਲੇ ਗਿਆ, ਉਹਨੂੰ ਇਹ ਨਹੀਂ ਪਤਾ ਵੀ ਜਿਹੜਾ ਪਾਣੀ ਆ ਖੇਤ 'ਚੋਂ ਨਿਕਲਦਾ, ਦੇਖੋ ਡਰੇਨ ਦੇ ਵਿੱਚ ਪਈ ਜਾ ਰਿਹਾ ਪਾਣੀ। ਹਾਂਜੀ, ਆਹ ਦੇਖੋ ਤੁਸੀਂ ਦੇਖ ਰਹੇ ਆ, ਮੈਂ ਥੋੜ੍ਹਾ ਜੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ। ਆਹ ਦੇਖੋ, ਆਹ ਦੇਖੋ, ਇਹੋ ਜਿਹੇ ਇਤਿਹਾਸ ਵਰਤਣੇ ਜੇ ਦੇਖਣਾ ਚਾਹੀਦਾ ਵੀ ਸਾਨੂੰ ਆਪਣਾ ਅੱਗੇ ਵੀ ਕਿਤੇ ਨੱਕਾ ਨਹੀਂ ਟੁੱਟਿਆ, ਕਿਤੇ ਪਾਣੀ ਸਾਡਾ ਵੀ ਪ੍ਰੋਪਰ ਜਗ੍ਹਾ 'ਤੇ ਪੈ ਰਿਹਾ, ਕਿਉਂਕਿ ਡਰੇਨ ਵਿੱਚ ਪਾਣੀ ਪੈਂਦਾ ਰਿਹਾ ਸਾਰਾ ਦਿਨ, ਪੈਂਦਾ ਪਾਣੀ ਵੇਸਟ ਆ ਪਾਣੀ, ਧਰਤੀ ਵਿੱਚੋਂ ਪਾਣੀ ਨਿਕਲਿਆ ਤੁਹਾਨੂੰ ਪਤਾ ਵੀ ਕਿੰਨੀ ਸਮੱਸਿਆ ਦਾ ਅੱਜ ਕੱਲ੍ਹ ਕਾਰਨ ਬਣਦਾ ਜਾ ਰਿਹਾ, ਕਿਉਂਕਿ ਪਾਣੀ ਬਹੁਤ ਸਾਡੀ ਫਸਟ ਪ੍ਰਾਇਓਰਟੀ, ਸਾਨੂੰ ਪਾਣੀ ਦੀ ਜਿਹੜੀ ਹੈਗੀ ਦੇਖਭਾਲ ਕਰਨੀ ਚਾਹੀਦੀ ਆ। ਔਰ ਅਸੀਂ ਇਹ ਕਿਸਾਨ ਵੀਰ ਲੱਭਦੇ ਹਾਂ, ਦੇਖਦੇ ਹਾਂ ਕਿਹਦੇ ਖੇਤ ਹੈਗੇ ਆ, ਉਹਨੂੰ ਦੇਖ ਕੇ ਮਿਲਕ ਨੂੰ ਕਹੂੰਗਾ ਬਾਈ ਸਾਹਿਬ ਜੀ ਨੂੰ ਬੰਦ ਕਰਨ ਦੀ ਕੋਸ਼ਿਸ਼ ਆਪਾਂ ਕਰਦੇ ਹਾਂ। ਸੋ ਵੀਰ ਜੀ, ਤੁਸੀਂ ਵੀ ਇਹ ਚੀਜ਼ ਦਾ ਖਿਆਲ ਰੱਖਣਾ ਪੂਰਾ। ਦੋ ਤੋਂ ਵੀ ਅਸੀਂ ਇਸ ਵੇਲੇ ਫਿਰ ਕਰਿਆਮ ਡਰੇਨ 'ਤੇ ਖੜ੍ਹੇ ਹਾਂ, ਅਤੇ ਆਪਣੇ ਆ ਨਾਲ ਆਪਣੇ ਗੁਜਰ ਬਰਾਦਰੀ ਡੇਰਾ ਹੈਗਾ, ਨਾਲ ਅਸੀਂ ਇਹਨਾਂ ਸੰਪਰਕ ਕੀਤਾ, ਅਤੇ ਉਹ ਉਹਨਾਂ ਨੇ ਕਿਹਾ ਵੀ ਅਸੀਂ ਵੀ ਬਹੁਤ ਜਲਦੀ ਜਲਦੀ ਵੀ ਕਿਸੇ ਕਰਿਆਮ ਦੇ ਕਿਸਾਨ ਵੀਰ ਦਾ ਖੇਤ ਹੈਗੇ ਆ ਵੀ ਉਹ ਪਾਣੀ ਛੱਡ ਕੇ ਆਉਣਗੇ, ਹੋ ਸਕਦਾ ਵੀ ਇੱਥੇ ਕਿਸੇ ਚੂਹਿਆਂ ਚਾਰੇ ਡਾਡਰ ਦੇ ਵਿੱਚੋਂ ਪਾਣੀ ਨਿਕਲਦਾ ਹੋਵੇ, ਹੈ ਨਾ। ਅਤੇ ਵੀ ਕਿਸਾਨ ਵੀਰੋ ਬੇਨਤੀ ਆ ਵੀ ਆਪਾਂ ਇਸ ਚੀਜ਼ ਦਾ ਖਿਆਲ ਰੱਖੀਏ ਮਾੜਾ ਜਿਹਾ, ਬੜੀ ਮਿਹਰਬਾਨੀ।